ਅਸੀਂ ਹਰ ਰੋਜ਼ ਕੋਈ ਨਾ ਕੋਈ ਨਵੀਂ ਕ੍ਰੀਏਟਿਵ ਟੀਮ ਜਿਹੜੀ ਹੈਗੀ ਆ ਪੰਜਾਬ ਨੂੰ ਦਿਖਾਉਂਦੇ ਹਾਂ। ਉਸੇ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਮੈਡੀਵਿਜ਼ਨ ਡਾਇਗਨੋਸਟਿਕ ਸੈਂਟਰ ਜਗਰਾਓਂ ਵਿਖੇ, ਜਿਹੜਾ ਕਿ ਇੱਕ ਐਸੀ ਚੀਜ਼ ਦੇ ਰਿਹਾ ਹੈਗਾ ਜਗਰਾਓਂ ਵਾਸੀਆਂ ਨੂੰ ਔਰ ਆਸ ਪਾਸ ਦੇ ਇਲਾਕੇ ਨੂੰ, ਜਿਹੜੀ ਕਿ ਮੇਰੇ ਖਿਆਲ 'ਚ ਜਗਰਾਓਂ 'ਚ ਅੱਜ ਤੱਕ ਨਹੀਂ ਆਈ। ਸਾਡੀ ਮੁਰਾਦ ਹੈ ਇਸ ਮੈਡੀਵਿਜ਼ਨ ਡਾਇਗਨੋਸਟਿਕ ਸੈਂਟਰ 'ਤੇ, ਜਿਨ੍ਹਾਂ ਨੇ ਕਿ ਇੱਥੇ ਐੱਮ ਆਰ ਆਈ, ਸੀ ਟੀ ਸਕੈਨ ਔਰ ਐਸੀਆਂ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਜਗਰਾਓਂ ਵਾਸੀਆਂ ਨੂੰ ਅਤੇ ਆਸ ਪਾਸ ਦੇ ਇਲਾਕਿਆਂ ਨੂੰ ਪ੍ਰੋਵਾਈਡ ਕਰਨ ਜਾ ਰਹੇ ਆ। ਸਰ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ ਵਿੱਚ। ਥੈਂਕ ਯੂ ਜੀ, ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਸੈਂਟਰ 'ਤੇ ਵਿਜ਼ਿਟ ਕੀਤੀ ਹੈ ਅਤੇ ਆਪਣਾ ਕੀਮਤੀ ਸਮਾਂ ਤੁਹਾਨੂੰ ਸਾਨੂੰ ਦਿੱਤਾ। ਥੈਂਕ ਯੂ ਵੀਰ ਜੀ। ਇਹ ਜਿਹੜੀ ਨਵੀਂ ਮਸ਼ੀਨਰੀ ਤੁਸੀਂ ਇੱਥੇ ਸਾਰੀ ਇੰਸਟਾਲ ਕੀਤੀ ਹੈਗੀ ਆ, ਸਾਨੂੰ ਉਹਦੇ ਬਾਰੇ ਦੱਸੋ ਵੀ ਕਿਹੜੀਆਂ ਕਿਹੜੀਆਂ ਮਸ਼ੀਨਾਂ ਜਿਹੜੀਆਂ ਹੈਗੀਆਂ ਤੁਸੀਂ ਇੱਥੇ ਲਾਈਆਂ? ਸਰ, ਆਪਣੇ ਕੋਲ ਐੱਮ ਆਰ ਆਈ ਜੀ 1.5 ਟੈਸਲਾ, ਜਿਹੜੀ ਹਾਈ ਐਂਡ ਮਸ਼ੀਨ ਹੈ, ਮਤਲਬ ਜਿਹੜੀ ਅੱਜ ਕੱਲ੍ਹ ਲੇਟੈਸਟ ਚੱਲ ਰਹੀਆਂ ਨੇ ਮਸ਼ੀਨਾਂ ਟੈਕਨੋਲੋਜੀ, ਕਿਉਂਕਿ ਪਹਿਲਾਂ ਛੋਟੀਆਂ ਮਸ਼ੀਨਾਂ ਆਉਂਦੀਆਂ ਸੀ। ਟੈਕਨੋਲੋਜੀ ਹੌਲੀ ਹੌਲੀ ਬਹੁਤ ਤਰੱਕੀ ਕਰ ਰਹੀ ਹੈ, ਮਤਲਬ ਸਾਇੰਸ ਅੱਗੇ ਜਾ ਰਹੀ ਹੈ, ਅਤੇ 1.5 ਟੈਸਲਾ ਆਪਣੇ ਕੋਲ ਐੱਮ ਆਰ ਆਈ ਹੈ ਔਰ 16 ਸਲਾਈਸ, 16 ਸਲਾਈਸ ਮਲਟੀ ਸਲਾਈਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਸੀ ਟੀ ਸਕੈਨ ਹੈ ਜੀ, ਐਕਸਰੇ ਹੈ ਜੀ, ਹਾਈ ਫ੍ਰੀਕੁਐਂਸੀ ਐਕਸਰੇ ਹੈ, ਡਿਜੀਟਲ ਐਕਸਰੇ, ਅਲਟਰਾਸਾਊਂਡ ਹੈ, ਹਾਈ ਐਂਡ ਅਲਟਰਾਸਾਊਂਡ ਹੈ, ਜਿਹਦੇ ਵਿੱਚ ਆਪਾਂ 3D 4D ਇਲਾਸਟੋਗ੍ਰਾਫੀ, ਕਲਰ ਡੋਪਲਰ ਸਾਰਾ ਕੁਛ ਕਰ ਸਕਦੇ ਹਾਂ, ਮੈਮੋਗ੍ਰਾਫੀ ਹੈ, ਡਿਜੀਟਲ ਮੈਮੋਗ੍ਰਾਫੀ ਔਰ ਫੁੱਲੀ ਕੰਪਿਊਟਰਾਈਜ਼ ਲੈਬ ਹੈ, ਹਾਈ ਐਂਡ ਲੈਬ, ਜਿੱਥੇ ਸਾਰੇ ਟੈਸਟ ਹੀ ਆਪਾਂ ਇੱਥੇ ਕਰਦੇ ਹਾਂ ਅੰਡਰਵਰਲਡ। ਔਰ ਆਪਣੇ ਕੋਲ ਰੇਡੀਓਲੋਜਿਸਟ ਡਾਕਟਰ ਇੰਦਰਪ੍ਰੀਤ ਕੌਰ ਨੇ, ਚੰਡੀਗੜ੍ਹ ਤੋਂ ਆਏ ਨੇ ਆਪਣੇ ਕੋਲ, ਡਾਕਟਰ ਸਮੀਰ ਗਰਗ ਨੇ, ਇਹ ਆਪਣੀਆਂ ਸੇਵਾਵਾਂ ਆਪਾਂ ਨੂੰ ਇੱਥੇ ਦੇਣਗੇ। ਵਿੱਚ ਸਾਨੂੰ ਦੱਸੋ ਕਿ ਕੋਈ ਜ਼ਮਾਨਾ ਸੀਗਾ ਜਿਹੜੀਆਂ ਇਹ ਚੀਜ਼ਾਂ ਬੜੀਆਂ ਕਦੇ ਕਦੇ ਹੁੰਦੀਆਂ ਸੀਗੀਆਂ, ਲੇਕਿਨ ਅਲਟਰਾਸਾਊਂਡ, ਅਗਰ ਆਪਾਂ ਗੱਲ ਅਲਟਰਾਸਾਊਂਡ ਤੋਂ ਸ਼ੁਰੂ ਕਰ ਲਈਏ, ਅੱਜ ਕੱਲ੍ਹ ਕੋਈ ਵੀ ਪ੍ਰੈਗਨੈਂਟ ਲੇਡੀ ਹੈਗੀ ਆ ਅਤੇ ਅਲਟਰਾਸਾਊਂਡ ਜਿਹੜਾ ਹੈਗਾ ਉਹ ਤਕਰੀਬਨ ਇੱਕ ਹਿੱਸਾ ਹੀ ਬਣ ਗਿਆ ਹੈਗਾ ਕਿ ਉਹਨਾਂ ਨੂੰ ਅਲਟਰਾਸਾਊਂਡ ਜਿਹੜਾ ਜ਼ਰੂਰੀ ਹੋਣ ਵਾਲੀ ਗੱਲ ਹੀ ਬਣ ਗਈ ਹੈਗੀ ਆ। ਕੀ ਕਹਿਣਾ ਚਾਹੋਗੇ ਕਿ ਪਿਛਲੇ ਸਮੇਂ ਦੀ ਟੈਕਨੋਲੋਜੀ ਔਰ ਅੱਜ ਦੇ ਸਮੇਂ ਦੀ ਟੈਕਨੋਲੋਜੀ ਜਿੱਦਾਂ ਤੁਸੀਂ ਕਿਹਾ ਕਿ ਸਾਰੀਆਂ ਚੀਜ਼ਾਂ ਬਦਲ ਰਹੀਆਂ ਨੇ, ਉਹਦੇ ਨਾਲ ਨਾਲ ਲੋਕ ਵੀ ਅਵੇਅਰ ਹੋ ਰਹੇ ਨੇ ਔਰ ਇਹ ਚੀਜ਼ਾਂ ਨੂੰ ਜ਼ਿਆਦਾ ਮਤਲਬ ਜਿਹੜਾ ਹੈਗਾ ਅਪਲਾਈ ਕਰ ਰਹੇ ਨੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਗੱਲ ਇਹ ਹੈ ਵੀ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਅਲਟਰਾਸਾਊਂਡ ਹਰ ਇੱਕ ਲਈ ਜ਼ਰੂਰੀ ਹੋ ਗਿਆ, ਕਿਉਂਕਿ ਜਿਵੇਂ ਜਿਵੇਂ ਸਾਇੰਸ ਤਰੱਕੀ ਕਰ ਰਹੀ ਹੈ, ਆਪਾਂ ਦੇਖ ਰਹੇ ਹਾਂ ਕਿ ਨਵੀਆਂ ਨਵੀਆਂ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਦਾ ਆਪਾਂ ਨੂੰ ਪਤਾ ਲੱਗ ਰਿਹਾ, ਜਾਣਕਾਰੀ ਮਿਲਦੀ, ਕਿਉਂਕਿ ਪਹਿਲਾਂ ਇੰਨੀ ਟੈਕਨੋਲੋਜੀ ਨਹੀਂ ਸੀ, ਪਤਾ ਨਹੀਂ ਸੀ ਹੁੰਦਾ ਵੀ ਇਹ ਚੀਜ਼ ਹੈਗੀ ਹੈ। ਹੁਣ ਅਲਟਰਾਸਾਊਂਡ ਜਿਹੜੀ ਪ੍ਰੈਗਨੈਂਟ ਲੇਡੀ ਲੇਡੀਜ਼ ਲਈ ਉਸ ਕਰਕੇ ਜ਼ਰੂਰੀ ਹੈ, ਕਿਉਂਕਿ ਜਿਹੜੀਆਂ ਕੰਜੈਂਟਲ ਅਬਨੋਰਮੈਲਿਟੀਜ਼ ਹੁੰਦੀਆਂ ਸੀ ਕਿਸੇ ਦੇ ਸਪਾਈਨ 'ਚ, ਬੱਚੇ ਦੇ ਡਿਫੈਕਟ ਹੋਣਾ ਜਾਂ ਬ੍ਰੇਨ 'ਚ ਹੋਣੀ ਕੁਛ, ਹੁਣ ਪਹਿਲਾਂ ਪਤਾ ਲੱਗ ਜਾਂਦੀਆਂ ਨੇ, ਠੀਕ ਹੈ, ਕਿਉਂਕਿ ਲੋਕ ਅਵੇਅਰ ਹੋ ਗਏ ਨੇ, ਉਹ ਕਰਵਾ ਲੈਂਦੇ ਨੇ, ਮੈਡੀਸਨਸ ਨੇ, ਰੈਗੂਲਰ ਚੈੱਕਅਪ ਹੁੰਦਾ ਰਹਿੰਦਾ, ਜਿਹੜੀਆਂ ਵੀ ਨੋਰਮਲ ਅਬਨੋਰਮੈਲਿਟੀਜ਼ ਨੇ ਉਹਨਾਂ ਨੂੰ ਆਪਾਂ ਅਵੋਇਡ ਕੀਤਾ ਜਾ ਸਕਦਾ, ਮਤਲਬ ਪ੍ਰੋਬਲਮ ਘਟਾਈਆਂ ਨੇ। ਸਟੋਨਸ ਹੋ ਗਈਆਂ, ਜਿਵੇਂ ਕਈ ਵਾਰ ਕੀ ਹੁੰਦਾ ਕਿਸੇ ਦੇ ਕਿਡਨੀ ਸਟੋਨ ਪਈ ਰਹਿੰਦੀ ਸੀ, ਉਹ ਹਾਈਡਰੋਨੋਫਰੋਸਿਸ ਕਰਦੀ 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 ਐਂਡ ਆਨ ਡੇ ਉਹ ਕੀ ਆਪਣਾ ਕਿਡਨੀ ਖਰਾਬ ਕਰ ਦਿੰਦੀ ਸੀ। ਜੇ ਆਪਾਂ ਅਲਟਰਾਸਾਊਂਡ ਕਰਾਵਾਂਗੇ ਤਾਂ ਆਪਾਂ ਨੂੰ ਉਹਦੇ ਬਾਰੇ ਪਤਾ ਲੱਗ ਜੂਗਾ, ਇਹ ਟੈਕਨੋਲੋਜੀ ਦਾ ਫਾਇਦਾ। ਔਰ ਜਿਵੇਂ ਜਿਵੇਂ ਐਡਵਾਂਸ ਟੈਕਨੋਲੋਜੀ ਹੋ ਰਹੀ ਹੈ, 3D 4D ਆ ਰਹੀ ਹੈ ਸਾਰਾ ਕੁਛ, ਉਹਦੇ ਡੈਫੀਨੇਟ 100% ਰਿਜ਼ਲਟ ਨੇ। ਵੀਰ ਜੀ, ਜਿੱਦਾਂ ਆਪਾਂ ਕਹਿੰਦੇ ਸੀਗੇ ਕਿ ਕੋਈ ਬੰਦਾ 40 ਈਅਰਸ ਦਾ ਹੋ ਗਿਆ, 35 ਈਅਰਸ ਦਾ ਹੋ ਗਿਆ, ਦੁਬਾਰਾ ਸ਼ੂਗਰ ਚਲਾ ਚੈੱਕ ਕਰਾਉਣੀ ਚਾਹੀਦੀ ਆ, ਉਹਨੂੰ ਆਪਣੇ CBC ਲੈਵਲ ਜਿਹੜੇ ਹੈਗੇ ਚੈੱਕ ਕਰਾਉਣਾ ਚਾਹੀਦਾ। ਕੀ ਕਹਿਣਾ ਚਾਹੋਗੇ ਕਿ 40 ਈਅਰ ਦਾ ਹੋ ਕੇ ਅੱਜ ਕੱਲ੍ਹ ਮੇਰਾ ਖਿਆਲ ਆ ਤਾਂ ਵੀ ਬੰਦੇ ਨੂੰ ਆਪਣੇ ਬੋਡੀ ਦੀ ਹੋਰ ਜਿਹੜੀ ਹੈਗੀ ਆ ਉਹ ਵੀ ਡੋਮੈਸਟਿਕ ਜਿਹੜੀ ਹੈਗੀ ਜ਼ਰੂਰੀ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਪ੍ਰੋਬਲਮਸ ਅੱਜ ਕੱਲ੍ਹ ਇੰਨੀਆਂ ਵੱਧ ਰਹੀਆਂ, ਕਿਉਂਕਿ ਪਹਿਲਾਂ ਖਾਣ ਪੀਣ, ਰਹਿਣ ਸਹਿਣ ਸਭ ਅੱਛਾ ਸੀਗਾ, ਲੋਕ ਮਿਹਨਤ ਕਰਦੇ ਸੀਗੇ, ਠੀਕ ਹੈ ਜੀ। ਹੁਣ ਮਤਲਬ ਉਹ ਚੀਜ਼ਾਂ ਘੱਟ ਗਈਆਂ ਨੇ, ਪ੍ਰੋਬਲਮ ਵੱਧ ਗਈਆਂ। ਜਿਵੇਂ ਸ਼ੂਗਰ ਅੱਗੇ ਕਹਿ ਲੈਂਦੇ 40-50 ਈਅਰਸ ਬਾਅਦ ਹੁੰਦੀ ਸੀ, ਹੁਣ ਉਹ ਚੀਜ਼ ਨਹੀਂ। ਹੁਣ ਨਿਊ ਬੋਰਨ ਬੇਬੀ 'ਚ ਵੀ ਆਪਾਂ ਦੇਖ ਲੈਂਦੇ ਵੀ ਸ਼ੂਗਰ ਹੋ ਗਈ ਹੈ ਕਿਸੇ ਨੂੰ, ਇਸ ਕਰਕੇ ਕਿਉਂਕਿ ਬੰਦੇ ਨੂੰ ਮਤਲਬ 6 ਮੰਥਲੀ ਨਹੀਂ ਤਾਂ ਐਵਰੀ ਈਅਰ ਇੱਕ ਵਾਰੀ ਆਪਣਾ ਰੂਟੀਨ ਬੋਡੀ ਪ੍ਰੋਫਾਈਲ ਕਰਵਾ ਲੈਣਾ ਚਾਹੀਦਾ, ਜਿਹਦੇ 'ਚ ਚੈਸਟ ਐਕਸਰੇ ਹੋ ਗਏ, ਆਪਣੀ ਅਲਟਰਾਸਾਊਂਡ ਹੋ ਗਈ, ਬਲੱਡ ਟੈਸਟ ਹੋ ਗਏ, ਇਹ ਚੀਜ਼ਾਂ ਰੂਟੀਨ ਨੇ। ਜੇ ਕਿਸੇ ਨੂੰ BP ਰਹਿੰਦਾ ਹੈ ਉਹਨੂੰ ਆਪਣੀ ਈਕੋ ਕਰਵਾ ਕੇ ਦੇਖ ਲੈਣੀ ਚਾਹੀਦੀ ਵੀ ਹਾਰਟ ਦਾ ਸਟੇਟਸ ਕੀ ਹੈ, ਕਿਉਂਕਿ ਅੱਜ ਕੱਲ੍ਹ ਖਾਣ ਪੀਣ, ਆਪਣਾ ਰਹਿਣ ਸਹਿਣ ਇਸ ਤਰ੍ਹਾਂ ਦਾ ਹੋ ਗਿਆ ਕਿ ਬਿਮਾਰੀਆਂ ਬਹੁਤ ਜ਼ਿਆਦਾ ਹੋ ਰਹੀਆਂ ਨੇ। ਵੀਰ ਜੀ, ਇਹ ਜਿਹੜਾ ਸਾਰਾ ਕੋਈ ਬੰਦਾ ਜਿਹੜਾ ਹੈਗਾ ਫੋਨ ਦੇ ਉੱਤੇ ਵੀ 5 ਮਿੰਟ ਲੈ ਕੇ, ਕਿਉਂਕਿ ਬਹੁਤ ਲੰਬੀਆਂ ਲਾਈਨਾਂ ਜਿਹੜੀਆਂ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਲੱਗਣ ਦੀ ਉਮੀਦ ਹੈਗੀ ਆ, ਹੁਣ ਵੀ ਜਿਹੜਾ ਹੈਗਾ ਕਾਫੀ ਪੇਸ਼ੈਂਟਸ ਤੁਹਾਡੇ ਨਾਲ ਇਨ ਟੱਚ ਨੇ, ਕਿ ਅਗਰ ਕੋਈ ਬੰਦਾ ਫੋਨ 'ਤੇ ਹੀ ਟਾਈਮ ਲੈ ਕੇ ਆ ਜਾਵੇ ਤਾਂ ਉਹ ਜ਼ਿਆਦਾ ਬੈਸਟ ਹੋਇਆ ਕਰੇਗਾ ਆਉਣ ਵਾਲੇ? ਹਾਂਜੀ ਬਿਲਕੁਲ, ਅਸੀਂ ਇੱਕ ਹੈਲਪਲਾਈਨ ਨੰਬਰ ਆਪਣਾ ਦਿੱਤਾ ਹੋਇਆ ਜਿਹੜਾ ਹਰ ਥਾਂ 'ਤੇ ਡਿਸਪਲੇ ਕੀਤਾ ਹੈ, 9653-9653, ਤੁਸੀਂ ਉਹਦੇ 'ਤੇ ਆਪਣੀ ਪ੍ਰੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ। ਜਦੋਂ ਆਓਗੇ ਤੁਹਾਨੂੰ ਆਨਲਾਈਨ ਹੀ ਅਟੈਂਡ ਕੀਤਾ ਜਾਏਗਾ, ਤੁਹਾਡਾ ਟੈਸਟ ਹੈ ਉਹ ਉਦੋਂ ਹੀ ਹੋ ਜਾਏਗਾ।
ਬਾਕੀ ਗੱਲ ਫੈਸਿਲਿਟੀਜ਼ ਦੀ ਹੈ, ਆਪਣੇ 24 ਆਵਰ ਸਰਵਿਸਿਸ ਅਵੇਲੇਬਲ ਨੇ। ਵੀਰ ਜੀ ਨਿਆ ਹੋਣ ਦੇ ਨਾਲ ਜਿਹੜਾ ਕਿ ਤੁਹਾਡੇ ਮਨ ਦੇ ਵਿੱਚ ਇੱਕ ਭਾਵਨਾ ਸੇਵਾ ਦੀ ਵੀ ਹੈਗੀ ਆ, ਉਹਦੇ ਜਿਹੜੇ ਬੰਦੇ ਜ਼ਿਆਦਾ ਲੋੜਵੰਦ ਹੋਣਗੇ ਜਾਂ ਜਿਹੜੇ ਬੰਦੇ ਪੇ ਨਹੀਂ ਕਰ ਸਕਣਗੇ ਉਹਨਾਂ ਦੇ ਲਈ ਵੀ ਕੋਈ ਥੋੜ੍ਹਾ ਜਿਹਾ ਤੁਸੀਂ ਆਪਣਾ ਫੰਡਸ ਦੇ ਵਿੱਚੋਂ ਕੋਈ ਰੱਖਿਆ ਹੈਗਾ? ਡੈਫੀਨੇਟ, ਅਸੀਂ ਸਭ ਤੋਂ ਪਹਿਲਾਂ ਇਹੀ ਚੀਜ਼ਾਂ ਲੈ ਕੇ ਚੱਲਦੇ ਹਾਂ ਕਿ ਕਈ ਬੰਦੇ ਹੁੰਦੇ ਨੇ, ਬੰਦਾ ਕੋਈ ਨਾ ਟੈਸਟ ਵੱਲੋਂ ਨਾ ਰਹਿ ਜਾਵੇ, ਅਗਲਾ ਕਹੇ ਇਹ ਨਾ ਹੋਵੇ ਕਿਸੇ ਦੇ ਮਨ 'ਚ ਇਹ ਆਵੇ ਵੀ ਮੇਰਾ ਟੈਸਟ ਨਹੀਂ ਹੋਇਆ, ਮੇਰੇ ਬਿਮਾਰੀ ਨਹੀਂ ਪਤਾ ਲੱਗੀ, ਜੇ ਪਤਾ ਲੱਗਦੀ ਤਾਂ ਅਸੀਂ ਟਾਈਮ ਸਿਰ ਇਲਾਜ ਕਰਵਾ ਸਕਦੇ। ਜਿਹੜੇ ਬੰਦੇ ਨਹੀਂ ਇਲਾਜ ਕਰਵਾ ਸਕਦੇ, ਟੈਸਟ ਨਹੀਂ ਕਰਵਾ ਸਕਦੇ ਕਿਉਂਕਿ ਟੈਸਟ ਮਹਿੰਗੇ ਨੇ, ਕਈ ਵਾਰੀ ਕੀ ਹੁੰਦਾ ਕਿ ਪਹਿਲਾਂ ਜਗਰਾਉਂ 'ਚ ਫੈਸਿਲਿਟੀਜ਼ ਅਵੇਲੇਬਲ ਹੀ ਨਹੀਂ ਸੀ, ਜਿਹਦੇ ਕਰਕੇ ਉਹਨੂੰ ਦੂਰ ਜਾਣਾ ਪੈਂਦਾ ਸੀ, ਲੁਧਿਆਣਾ ਜਾਣਾ ਪੈਂਦਾ ਸੀ, ਉਹ ਜਾਣ ਆਉਣ ਟਾਈਮ ਐਕਸਪੈਂਸਿਵ, ਟਰੈਵਲ ਐਕਸਪੈਂਸਿਵ, ਸਾਰਾ ਕੁਛ ਪੈਂਦਾ ਸੀਗਾ। ਉਹ ਚੀਜ਼ਾਂ ਹੁਣ ਤੁਹਾਨੂੰ ਇੱਥੇ ਜਗਰਾਉਂ 'ਚ ਮਿਲਣਗੀਆਂ। ਅਸੀਂ ਆਪਣੇ ਨੂੰ ਡੈਫੀਨੇਟ ਜਿੰਨਾ ਹੋ ਸਕਿਆ ਮੈਕਸੀਮਮ ਅਸੀਂ ਹਰ ਪੂਅਰ ਪੇਸ਼ੈਂਟ ਦੀ ਹੈਲਪ ਕਰਾਂਗੇ। ਔਰ ਉਹਦੇ ਨਾਲ ਨਾਲ ਬੀਂਗ ਨਿਆ, ਜਿਹੜੇ ਨਏ ਤੁਹਾਡੇ ਕੋਲ ਪਹਿਲੇ 1000 ਜਿਹੜੇ ਲੋਕ ਰਜਿਸਟ੍ਰੇਸ਼ਨ ਕਰਾਉਣਗੇ ਉਹਨਾਂ ਲਈ ਵੀ ਕੋਈ ਖਾਸ ਤੁਸੀਂ ਪੈਕੇਜ ਰੱਖਿਆ? ਹਾਂਜੀ, ਉਹਨਾਂ ਲਈ ਇੱਕ ਹੈਲਥ ਪ੍ਰੋਫਾਈਲ ਪੈਕੇਜ ਬਣਾਵਾਂਗੇ ਵੀ ਉਹਦੇ ਵਿੱਚ ਆਹ ਟੈਸਟ ਹੋਣਗੇ, ਉਹ ਅਸੀਂ ਜਲਦੀ ਮਤਲਬ ਰਿਸੈਪਸ਼ਨ ਤੇ ਸਾਰਿਆਂ ਨੂੰ ਤੇ ਬਾਕੀ ਫੀਲਡ 'ਚ ਵੀ ਡਿਸਪਲੇ ਕਰਾਂਗੇ। ਯੂ ਮੀਨ ਟੂ ਸੇ ਕਿ ਲੋਕ ਇਹ ਆ ਸਕਣਗੇ ਕੋਈ ਵੀ ਬੰਦਾ ਤੁਹਾਡੇ ਕੋਲ ਹੁਣ ਸਟਾਰਟਿੰਗ ਦੇ ਵਿੱਚ ਸਿਟੀ ਸਕੈਨ ਜਾਂ MRI ਜਾਂ ਕੋਈ ਹੋਰ ਆਉਂਦਾ ਅਲਟਰਾਸਾਊਂਡ ਲਈ ਆਉਂਦਾ ਤਾਂ ਉਹਨੂੰ ਥੋੜ੍ਹਾ ਜਿਹਾ ਮਤਲਬ ਆਮ ਮਤਲਬ ਜਿਹੜੇ ਹੈਗੇ ਆ ਸੈਂਟਰਸ ਦੇ ਨਾਲੋਂ ਕੋਈ ਖਾਸ ਜਿਹੜਾ ਹੈਗਾ ਉਹਨੂੰ ਮਤਲਬ ਜਿਹੜੇ ਹੈਗੇ ਤੁਹਾਡੇ ਕੋਲ? ਹਾਂਜੀ ਬਿਲਕੁਲ, ਆਪਾਂ ਨਵਾਂ ਸੈਂਟਰ ਹੈ ਇਸ ਕਰਕੇ ਇਹ ਹੈ ਕਿ ਇਕਿਪਮੈਂਟ ਆਪਣਾ ਬੈਸਟ ਹੈ, ਸਭ ਤੋਂ ਵਧੀਆ ਮਸ਼ੀਨਾਂ ਲੱਗੀਆਂ ਨੇ, ਹਾਈ ਐਂਡ ਟੈਕਨੋਲੋਜੀ ਦੀਆਂ ਮਸ਼ੀਨਾਂ ਨੇ, ਔਰ ਜਿਹੜੇ ਆਪਣੇ ਰੇਟਸ ਨੇ ਉਹ ਕੰਪੇਅਰ ਟੂ ਮਾਰਕੀਟ ਅਜੇ ਵੀ ਘੱਟ ਨੇ, ਆਪਾਂ ਉਹ ਘੱਟ ਹੀ ਰੱਖੇ ਨੇ ਕਿਉਂਕਿ ਪੇਸ਼ੈਂਟਸ ਲਈ ਨਾ ਰੇਟਸ ਘੱਟ ਨੇ, ਇਸ ਕਰਕੇ ਇੱਕਦਮ ਬੈਸਟ ਮਤਲਬ ਡਾਇਗਨੋਸਟਿਕ ਫੈਸਿਲਿਟੀਜ਼ ਮਿਲੇ ਔਰ ਸਸਤੇ ਰੇਟ 'ਚ ਮਿਲੇ। ਵੀਰ ਜੀ ਪਾਰਕਿੰਗ ਦੀ ਜਗ੍ਹਾ ਤੁਹਾਡੇ ਕੋਲ ਕਾਫੀ ਵਧੀਆ ਹੈਗੀ ਆ, ਔਰ ਇਹ GT ਰੋਡ ਤੇ ਹੋਣ ਦੇ ਨਾਤੇ ਕੀ ਕਹਿਣਾ ਚਾਹੋਗੇ ਸਾਰੇ ਡਿਵੀਜ਼ਨ ਨੂੰ, ਕਿਉਂਕਿ ਇਹ ਸਾਰੇ ਡਿਵੀਜ਼ਨ ਦੇ ਵਿੱਚ ਸਾਰਾ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਇਹ ਚੈਲੰਜ ਆ ਰਿਹਾ ਹੈਗਾ। ਜਿਹੜੀ ਇਹ ਡਿਵੀਜ਼ਨ ਹੈਗੀ ਆ ਫਿਰੋਜ਼ਪੁਰ ਦੀ ਹੋ ਗਈ, ਫਿਰ ਆਪਣੇ ਫਰੀਦਕੋਟ ਦੀ ਹੋ ਗਈ, ਔਰ ਆਪਣੇ ਜਿਹੜੀ ਅੱਗੇ ਫਾਜ਼ਿਲਕਾ ਵਾਲੀ ਡਿਵੀਜ਼ਨ ਹੋ ਗਈ, ਅਗਰ ਉਹ ਲੁਧਿਆਣੇ ਵਗੈਰਾ ਜਾਂਦੇ ਨੇ ਕੋਈ ਸੀਰੀਅਸ ਉਹਨਾਂ ਨੂੰ ਕੋਈ ਬਿਮਾਰੀ ਹੁੰਦੀ ਆ, ਕਿਉਂਕਿ ਜਾਣ ਸਾਰ ਪਹਿਲਾਂ ਉਹਨਾਂ ਨੇ MRI ਵਗੈਰਾ ਔਰ ਸਿਟੀ ਸਕੈਨ ਸੁਜੈਸਟ ਕਰਦੇ ਨੇ, ਕੀ ਕਹਿਣਾ ਚਾਹੋਗੇ ਕਿ ਅਗਰ ਉਹ ਜਾਂਦੇ ਆਉਂਦੇ ਪਹਿਲਾਂ ਇੱਥੇ ਕਰਾ ਲੈਣ ਜਦੋਂ ਤੱਕ ਉਹ ਅੱਗੇ ਗਾਹ ਪਹੁੰਚਣ ਤੱਕ ਉਹਨਾਂ ਨੂੰ ਰਿਪੋਰਟ ਮਿਲ ਜਾਵੇ? ਹਾਂਜੀ ਬਿਲਕੁਲ, ਜਿਵੇਂ ਹੀ ਪੇਸ਼ੈਂਟ ਆਪਣੇ ਕੋਲ ਆਏਗਾ, ਕਿਤੋਂ ਵੀ ਮਤਲਬ ਆਏਗਾ, ਚਾਹੇ ਦੂਰ ਤੋਂ ਚਾਹੇ ਨੇੜੇ ਤੋਂ, ਉਹਦਾ ਟੈਸਟ ਹੁੰਦਾ ਜਾਏਗਾ ਔਰ ਉਹਨੂੰ ਇੱਕ ਸਾਡੇ ਸਿਸਟਮ ਦੇ ਥਰੂ ਮੈਸੇਜ ਪਹੁੰਚੇਗਾ, ਹਰ 15-20 ਮਿੰਟ ਬਾਅਦ ਜਦੋਂ ਹੀ ਉਹਦੀ ਰਿਪੋਰਟ ਰੈਡੀ ਹੁੰਦੀ ਹੈ, ਜਦੋਂ ਹੀ ਰਿਪੋਰਟ ਰਹਿੰਦੀ ਹੁੰਦੀ ਹੈ ਉਹਦੇ ਪੇਸ਼ੈਂਟ ਨੂੰ ਮੈਸੇਜ ਪਹੁੰਚੇਗਾ ਜੀ ਤੁਹਾਡੀ ਰਿਪੋਰਟ ਰੈਡੀ ਹੈ, ਤੁਸੀਂ ਪਲੀਜ਼ ਰਿਸੈਪਸ਼ਨ ਤੋਂ ਆਪਣੀ ਰਿਪੋਰਟ ਕਲੈਕਟ ਕਰ ਸਕਦੇ ਹੋ। ਔਰ ਪਾਰਕਿੰਗ ਦੀ ਇਸ ਤਰ੍ਹਾਂ ਕਿ ਆਪਣੇ ਕੋਲ ਫਰੰਟ 'ਤੇ ਵੀ ਆਪਾਂ ਪਾਰਕਿੰਗ ਸਪੇਸ ਛੱਡ ਕੇ ਬਿਲਡਿੰਗ ਬਣਾਈ ਹੋਈ ਔਰ ਬੈਕ 'ਤੇ ਪਾਰਕਿੰਗ ਅਲੱਗ ਰੱਖੀ ਹੈ, ਜਿਹੜੀ ਵਹੀਕਲ ਦੀ ਪਾਰਕਿੰਗ ਸੀ ਉਹ ਅਲੱਗ ਹੈ, ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ, ਸਿਕਿਉਰਿਟੀ 24 ਆਵਰ ਦੀ ਹੈ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਮਸ਼ੀਨ ਹੈ।